ਹੈਲੋ ਹਸ਼ੀ ਗਾਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਮਾਸਟਰ ਕਲਾਸ ਐਸਐਸਟੀ ਦਾ ਇੱਕ ਨਵਾਂ ਸੈਸ਼ਨ ਲੈ ਕੇ ਹਾਜ਼ਰ ਹੋਏ ਹਾਂ ਇਸ ਕਲਾਸ ਦੇ ਵਿੱਚ ਆਪਾਂ ਈਸਟ ਇੰਡੀਆ ਕੰਪਨੀ ਬਾਰੇ ਇੱਕ ਇੱਕ ਫੈਕਟ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਆਪਣੇ ਮਾਸਟਰ ਕਲਾਸਰ ਐਸਐਸਟੀ ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਬਹੁਤ ਇੰਪੋਰਟੈਂਟ ਟਾਪਿਕ ਡਿਸਕਸ ਕੀਤੇ ਨੇ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਤੁਸੀਂ ਜਾ ਕੇ ਦੇਖ ਲੈਣਾ ਆਦਰਵਾਇਜ਼ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰੋ ਪਲੇਲਿਸਟ ਦੇ ਵਿੱਚ ਜਾਓ ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੇ ਮਿਲ ਜਾਣਗੀਆਂ ਜਾ ਕੇ ਦੇਖ ਸਕਦੇ ਹੋ ਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬ ਤਾਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਣ ਰਣ ਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਇੰਗਲਿਸ਼ ਈਸਟ ਇੰਡੀਆ ਕੰਪਨੀ ਬਾਰੇ ਇੱਕ ਇੱਕ ਫੈਕਟ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ ਤਾਂ ਸੈਸ਼ਨ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਤਾਂ ਮਾਸਟਰ ਕੈਡਰ ਐਸਐਸਟੀ ਦੇ ਲਈ ਈਸਟ ਇੰਡੀਆ ਕੰਪਨੀ ਵਾਲਾ ਟੌਪਿਕ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਹਰ ਵਾਰ ਇਸ ਟੌਪਿਕ ਦੇ ਵਿੱਚੋਂ ਬਹੁਤ ਕੁਐਸਚਨ ਤੁਹਾਨੂੰ ਮਾਸਟਰ ਕੀਡਰ ਐਸਐਸਟੀ ਦੇ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਤਾਂ ਇਸ ਸੈਸ਼ਨ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਦੇਖਣਾ ਇਸ ਦੇ ਵਿੱਚ ਆਪਾਂ ਤੁਹਾਡੇ ਲਈ ਜਿੰਨਾ ਵੀ ਈਸਟ ਇੰਡੀਆ ਕੰਪਨੀ ਦਾ ਨਿਚੋੜ ਹੈ ਠੀਕ ਹੈ ਜੀ ਜਿੰਨੇ ਵੀ ਫੈਕਟ ਤੁਹਾਨੂੰ ਪੁੱਛੇ ਜਾਂਦੇ ਨੇ ਕੁਐਸਚਨ ਦੇ ਰੂਪ ਦੇ ਵਿੱਚ ਉਹ ਆਪਾਂ ਤੁਹਾਡੇ ਅੱਗੇ ਸਾਰੇ ਪੇਸ਼ ਕਰਨੇ ਆ ਠੀਕ ਹੈ ਜੀ ਇੱਕ ਵੀ ਫੈਕਟ ਆਪਾਂ ਤੁਹਾਡਾ ਮਿਸ ਨਹੀਂ ਹੋਣ ਦੇਣਾ ਤਾਂ ਕਰਕੇ ਕਾਪੀ ਪੈਨ ਆਪਣਾ ਨਾਲ ਰੱਖੋ ਤੇ ਨੋਟਸ ਨਾਲ ਦੀ ਨਾਲ ਬਣਾਉਂਦੇ ਰਹੋ ਤਾਂ ਸਟਾਰਟ ਕਰਦੇ ਆਪਾਂ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ ਤਾਂ ਈਸਟ ਇੰਡੀਆ ਕੰਪਨੀ ਬਾਰੇ ਆਪਾਂ ਪੜਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਫੈਕਟ ਹੈ ਇੰਗਲਿਸ਼ ਈਸਟ ਇੰਡੀਆ ਕੰਪਨੀ ਵਾਸ ਸੈਟ ਅਪ ਇਨ 1600 ਠੀਕ ਹੈ ਜੀ 1600 ਦੇ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਬਣੀ ਹੈ ਠੀਕ ਹੈ ਜੀ ਤਾਂ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਆਪਣੇ ਤੇ ਰਾਜ ਕੀਤਾ ਉਹ ਈਸਟ ਇੰਡੀਆ ਕੰਪਨੀ ਤੋਂ ਬਾਅਦ ਅੰਗਰੇਜ਼ਾਂ ਨੇ ਸਟਾਰਟ ਕੀਤਾ ਠੀਕ ਹੈ ਜੀ ਤਾਂ 100 ਸਾਲ ਆਪਣੇ ਤੇ ਈਸਟ ਇੰਡੀਆ ਕੰਪਨੀ ਨੇ ਰਾਜ ਕੀਤਾ ਤੇ 100 ਸਾਲ ਉਸ ਤੋਂ ਬਾਅਦ ਆਪਣੇ ਤੇ ਡਾਇਰੈਕਟ ਅੰਗਰੇਜ਼ਾਂ ਨੇ ਜਿਹਨੂੰ ਆਪਾਂ ਕਰਾਊਨ ਰੂਲ ਕਹਿੰਦੇ ਆ ਉਹ ਆਪਣੇ ਤੇ 100 ਸਾਲ ਤਾਂ ਸਭ ਤੋਂ ਪਹਿਲਾਂ ਪਰ ইস্ট ਇੰਡੀਆ ਕੰਪਨੀ ਬਾਰੇ ਹੀ ਪੜ੍ਹਨਾ ਹੈ ਕਿ ਕਿਵੇਂ-ਕਿਵੇਂ ਅੰਗਰੇਜ਼ਾਂ ਨੇ ਆਪਣਾ ਸਟਾਰਟਅਪ ਇੱਥੋਂ ਕੀਤਾ ਠੀਕ ਹੈ ਜੀ ਤਾਂ 1600 ਦੇ ਵਿੱਚ ਇਹ ਕੰਪਨੀ ਬਣੀ ਸੀ ਇਹਦਾ ਮੂਲ ਮੰਤਵ ਕੀ ਸੀ ਇਹਦਾ ਮੇਨ ਜਿਹੜਾ ਮਕਸਦ ਸੀ ਉਹ ਸੀਗਾ ਟ੍ਰੇਡ ਕਰਨਾ ਵਪਾਰ ਕਰਨਾ ਸਿਰਫ ਵਪਾਰ ਕਰਨ ਦੇ ਲਈ ਹੀ ਆਪਣੇ ਭਾਰਤ ਦੇ ਵਿੱਚ ਆਏ ਸੀ ਦੂਸਰਾ ਜਿਹੜਾ ਆਪਣਾ ਫੈਕਟ ਹੈ ਇਟ ਵਾਸ ਗ੍ਰਾਂਟਡ ਬਾ ਗ੍ਰਾਂਟਡ ਅ ਮੋਨੋਪੋਲੀ ਟੂ ਟ੍ਰੇਡ ਬਾਈ ਕੁਈਨ ਐਲਿਜ਼ਾਬੈਥ 1 ਆਫ ਇੰਗਲੈਂਡ ਤਾਂ ਜਿਹੜੀ ਕੁਈਨ ਐਲਿਜ਼ਾਬੈਥ 1 ਸੀ ਇੰਗਲੈਂਡ ਦੀ ਇਨੇ ਮਤਲਬ ਇਹਨਾਂ ਨੂੰ ਮੋਨੋਪੋਲੀ ਦਿੱਤੀ ਸੀ ਮਤਲਬ ਖਰੀ ਝੰਡੀ ਦਿੱਤੀ ਸੀ ਕਿ ਤੁਸੀਂ ਇੰਡੀਆ ਦੇ ਵਿੱਚ ਜਾ ਕੇ ਵਪਾਰ ਕਰ ਸਕਦੇ ਠੀਕ ਹੈ ਜੀ ਤਾਂ ਇਹ ਕੰਪਨੀ ਦਾ ਜਿਹੜਾ ਮੇਨ ਮਕਸਦ ਸੀ ਉਹ ਸਿਰਫ ਵਪਾਰ ਕਰਨਾ ਸੀ ਨਾ ਕਿ ਆਪਣੇ ਤੇ ਰਾਜ ਕਰਨਾ ਠੀਕ ਹੈ ਜੀ ਤਾਂ ਅੱਗੇ ਆਪਾਂ ਪੜ੍ਹਦੇ ਹਾਂ ਕਿ ਕਿਵੇਂ ਕਿਵੇਂ ਇਹਨਾਂ ਨੇ ਆਪਣੇ ਪੈਰ ਜਿਹੜੇ ਉਹ ਇੰਡੀਆ ਦੇ ਵਿੱਚ ਪਸਾਰੇ ਫਰਸਟ ਇੰਗਲਿਸ਼ ਮੈਨ ਠੀਕ ਹੈ ਜੀ ਇੱਥੋਂ ਤੁਹਾਨੂੰ ਕੁਐਸਚਨ ਬਣਦਾ ਹਰ ਵਾਰ ਇਹ ਕੁਐਸਚਨ ਪੁੱਛਿਆ ਜਾਂਦਾ ਠੀਕ ਹੈ ਜੀ ਬਹੁਤ ਸਾਰੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਿਆ ਹੋਊਗਾ ਕਿ ਜਿਹੜਾ ਪਹਿਲਾ ਅੰਗਰੇਜ਼ ਸੀ ਉਹ ਕੌਣ ਸੀਗਾ ਮਤਲਬ ਜਿ ਜਿਹੜਾ ਮਤਲਬ ਟਰੇਡ ਕਰਨ ਦੇ ਲਈ ਵਪਾਰ ਕਰਨ ਦੇ ਲਈ ਇਹਨਾਂ ਨੇ ਆਪਣੀ ਫੈਕਟਰੀ ਸੈੱਟ ਕਰਨੀ ਸੀ ਤੇ ਉਹ ਮਤਲਬ ਇੱਕ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਇਆ ਸੀ ਜਿਹਦਾ ਨਾਮ ਸੀ ਕੈਪਟਨ ਹੌਕਿੰਸ ਠੀਕ ਹੈ ਜੀ ਇਹਦੇ ਬਾਰੇ ਤੁਸੀਂ ਯਾਦ ਰੱਖਣਾ ਹਰ ਵਾਰ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਪਹਿਲਾ ਅੰਗਰੇਜ਼ ਉਹ ਕਿਹੜਾ ਸੀ ਜਿਹੜਾ ਫੈਕਟਰੀ ਸੈੱਟ ਕਰਨ ਦੇ ਲਈ ਜਹਾਂਗੀਰ ਦੇ ਦਰਬਾਰ ਦੇ ਵਿੱਚ ਪਰਮਿਸ਼ਨ ਲੈਣ ਦੇ ਲਈ ਆਇਆ ਸੀ ਤਾਂ ਇਹਦਾ ਨਾਮ ਸੀ ਕੈਪਟਨ ਹੌਕਿੰਸ ਅਰਾਈਵ ਦਾ ਰਾਇਲ ਕੋਰਟ ਆਫ ਜਹਾਂਗੀਰ ਤਾਂ ਨਾਲ ਦੀ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਸ ਟਾਈਮ ਤੇ ਮੁਗਲਿਆ ਪੀਰੀਅਡ ਚੱਲ ਰਿਹਾ ਸੀ ਮੁਗਲਾਂ ਦਾ ਰਾਜ ਚੱਲ ਰਿਹਾ ਸੀ ਤੇ ਕਿਹੜੇ ਰਾਜੇ ਦਾ ਰਾਜ ਚੱਲ ਰਿਹਾ ਸੀ ਜਹਾਂਗੀਰ ਦਾ ਠੀਕ ਹੈ ਜੀ ਜਹਾਂਗੀਰ ਆਪਾਂ ਨੂੰ ਪਤਾ ਹੈ ਕਿ ਇਹ ਇੱਕ ਮਤਲਬ ਸ਼ਰਾਬੀ ਕਬਾਬੀ ਬੰਦਾ ਸੀ ਜਿਹੜਾ ਜਹਾਂਗੀਰ ਸੀ ਜਹਾਂਗੀਰ ਜਿਹੜਾ ਆਪਣਾ ਰਾਜਾ ਸੀ ਤਾਂ ਇਹ ਇੱਕ ਮਤਲਬ ਸ਼ਰਾਬੀ ਕਬਾਬੀ ਬੰਦਾ ਸੀ ਨਸ਼ੇ ਪੱਤੇ ਨਾਲ ਇਹ ਬੰਦਾ ਟੁੰਨ ਰਹਿੰਦਾ ਸੀ ਤਾਂ ਇਹਦੇ ਦਰਬਾਰ ਦੇ ਵਿੱਚ ਆਇਆ ਸੀ ਕੈਪਟਨ ਹਾਕਿੰਸ ਠੀਕ ਹੈ ਜੀ ਕੈਪਟਨ ਹਾਕਿੰਸ ਮਤਲਬ ਇਹਨਾਂ ਨੇ ਆਪਣੀ ਫੈਕਟਰੀ ਸੈੱਟ ਕਰਨੀ ਸੀ ਸੂਰਤ ਗੁਜਰਾਤ ਦੇ ਵਿੱਚ ਤਾਂ ਇਹ ਕਦੋਂ ਆਇਆ ਸੀ ਇਹ ਪੁੱਛਿਆ ਜਾਂਦਾ ਤੁਹਾਨੂੰ ਇਹ 1608 ਈਸਵੀ ਦੇ ਵਿੱਚ ਆਇਆ ਸੀ ਜਿਹੜਾ ਕੈਪਟਨ ਹੌਕਿੰਸ ਆਇਆ ਸੀ ਤੇ ਇੱਕ ਤੁਹਾਨੂੰ ਇੱਥੇ ਕੁਐਸਚਨ ਬਣਦਾ ਹੁੰਦਾ ਕਿ ਜਿਹੜੀ ਜਹਾਂਗੀਰ ਨੇ ਇੰਗਲਿਸ਼ ਖਾਨ ਦੀ ਉਪਾਧੀ ਦਿੱਤੀ ਹੈ ਠੀਕ ਹੈ ਜੀ ਤਾਂ ਇੰਗਲਿਸ਼ ਖਾਨ ਦੀ ਉਪਾਧੀ ਜਿਹੜੀ ਦਿੱਤੀ ਉਹ ਕੈਪਟਨ ਹੌਕਿੰਸ ਨੂੰ ਹੀ ਦਿੱਤੀ ਗਈ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਈ ਵਾਰ ਪੁੱਛਿਆ ਗਿਆ ਹੈ ਕਿ ਕਿਹੜੇ ਅੰਗਰੇਜ਼ ਨੂੰ ਜਹਾਂਗੀਰ ਨੇ ਇੰਗਲਿਸ਼ ਖਾਨ ਦੇ ਨਾਮ ਨਾਲ ਸੰਬੋਧਿਤ ਕੀਤਾ ਤਾਂ ਉਹਦਾ ਨਾਮ ਸੀ ਕੈਪਟਨ ਹੌਕਿੰਗ ਜਿਹੜਾ ਕਿ ਪਹਿਲਾ ਅੰਗਰੇਜ਼ ਸੀ ਜਿਹੜਾ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਇਆ ਸੀ 1608 ਈਸਵੀ ਦੇ ਵਿੱਚ ਠੀਕ ਹੈ ਜੀ ਤਾਂ ਇਹਨਾਂ ਨੇ ਆਪਣਾ ਟਰੇਡਿੰਗ ਸੈਂਟਰ ਜਾਨੀ ਕਿ ਆਪਣਾ ਵਪਾਰ ਦਾ ਕਿਹੜਾ ਕੇਂਦਰ ਸੀ ਉਹ ਸੈੱਟ ਕਰਨਾ ਸੀ ਕਿੱਥੇ ਸੂਰਤ ਗੁਜਰਾਤ ਦੇ ਵਿੱਚ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬਹੁਤ ਇੰਪੋਰਟੈਂਟ ਹੈ ਅਗਲਾ ਆਪਣਾ ਜਿਹੜਾ ਫੈਕਟ ਹੈ ਦ ਰਿਕਵੈਸਟ ਵਾਸ ਇਨੀਸ਼ੀਅਲੀ ਰਿਫਿਊਜ਼ਡ ਬਾਈ ਦਾ ਮੁਗਲ ਐਮਪਰਰ ਤਾਂ ਜਹਾਂਗੀਰ ਨੇ ਜਿਹੜੀ ਇਹਦੀ ਰਿਕਵੈਸਟ ਸੀ ਉਹਦੇ ਮਤਲਬ ਉਹਨੂੰ ਬਿਲਕੁਲ ਮਨਾ ਕਰਤਾ ਸੀ ਕਿ ਤੁਸੀਂ ਜਿਹੜੀ ਫੈਕਟਰੀ ਆਉ ਸੈੱਟ ਨਹੀਂ ਕਰ ਸਕਦੇ ਠੀਕ ਹੈ ਜੀ ਤਾਂ ਕਿਉਂਕਿ ਉਸ ਟਾਈਮ ਤੇ ਆਪ ਨੂੰ ਪਤਾ ਕਿ ਮੁਗਲਾਂ ਦਾ ਬਹੁਤ ਦਬਦਬਾ ਸੀ ਮੁਗਲਾਂ ਦੀ ਪਰਮਿਸ਼ਨ ਤੋਂ ਬਿਨਾਂ ਇੰਡੀਆ ਦੇ ਵਿੱਚ ਕੋਈ ਵੀ ਮਤਲਬ ਕੋਈ ਕੰਮ ਸਟਾਰਟ ਨਹੀਂ ਕਰ ਸਕਦਾ ਸੀ ਠੀਕ ਹੈ ਜੀ ਤਾਂ ਇਹਨੂੰ ਮਤਲਬ ਕੈਪਟਨ ਹਾਕਿੰਸ ਨੂੰ ਜਹਾਂਗੀਰ ਵੱਲੋਂ ਇਨਕਾਰ ਕਰ ਦਿੱਤਾ ਗਿਆ ਕਿ ਤੁਸੀਂ ਫੈਕਟਰੀ ਸੈਟਅਪ ਨਹੀਂ ਕਰ ਸਕਦੇ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਇੱਕ ਸੈਕੰਡ ਬ੍ਰਿਟਿਸ਼ਰ ਫਿਰ ਆਇ ਈਸਟ ਇੰਡੀਆ ਕੰਪਨੀ ਦੁਆਰਾ ਆਪਣਾ ਦੂਸਰਾ ਬੰਦਾ ਭੇਜਿਆ ਗਿਆ ਕਿ ਤੁਸੀਂ ਪਰਮਿਸ਼ਨ ਲੈ ਕੇ ਆਉਣੀ ਹੈ ਠੀਕ ਹੈ ਜੀ ਤਾਂ ਉਹਦਾ ਨਾਮ ਸੀਗਾ ਸਰ ਥਾਮਸ ਰੋ ਠੀਕ ਹੈ ਜੀ ਇਹ ਵੀ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਹੈ ਸਰ ਥਾਮਸ ਰੋ ਇਹ ਸੈਕੰਡ ਬ੍ਰਿਟਿਸ਼ਰ ਹੈ ਪਹਿਲਾ ਅੰਗਰੇਜ਼ ਹੈ ਕੈਪਟਨ ਹਾਕਿੰਸ 1608 ਦੇ ਵਿੱਚ ਆਇਆ ਸੀ ਜਿਹਨੂੰ ਕਿ ਪਰਮਿਸ਼ਨ ਨਹੀਂ ਮਿਲੀ ਤਾਂ ਇਸ ਤੋਂ ਬਾਅਦ ਦੂਸਰਾ ਅੰਗਰੇਜ਼ ਇਹਨਾਂ ਨੇ ਭੇਜਿਆ ਜਿਹਦਾ ਨਾਮ ਸੀ ਸਰ ਥਾਮਸ ਰੋ ਤਾਂ ਥਾਮਸ ਰੋ ਆਇਆ ਸੀਗਾ ਆਪਣੇ ਇੰਡੀਆ ਦੇ ਵਿੱਚ 1615 ਈਸਵੀ ਦੇ ਵਿੱਚ ਤਾਂ ਇਹ ਵੀ ਮਤਲਬ ਜਹਾਂਗੀਰ ਦੇ ਦਰਬਾਰ ਦੇ ਵਿੱਚ ਹੀ ਆਇਆ ਸੀ ਠੀਕ ਹੈ ਜੀ ਤਾਂ ਇਹਦੇ ਦੁਆਰਾ ਸਕਸੈਸਫੁਲੀ ਪਰਮਿਟਡ ਇਹਨੂੰ ਕਰ ਦਿੱਤਾ ਗਿਆ ਸੀ ਮਤਲਬ ਇਹਨੂੰ ਪਰਮਿਸ਼ਨ ਮਿਲ ਗਈ ਸੀ ਕਿ ਤੁਸੀਂ ਆਪਣੀ ਫੈਕਟਰੀ ਜਿਹੜੀ ਉਹ ਸੈੱਟ ਕਰ ਸਕਦੇ ਹੋ ਸੂਰਤ ਗੁਜਰਾਤ ਦੇ ਵਿੱਚ ਠੀਕ ਹੈ ਜੀ ਤਾਂ ਇਹ ਤੁਹਾਨੂੰ ਦੋ ਕੁਐਸਚਨ ਇੱਥੋਂ ਬਣ ਗਏ ਕਿ ਪਹਿਲਾ ਅੰਗਰੇਜ਼ ਕਿਹੜਾ ਆਇਆ ਸੀ ਤਾਂ ਕੈਪਟਨ ਹੌਕਿੰਸ 1608 ਦੇ ਵਿੱਚ ਜਹਾਂਗੀਰ ਦੇ ਦਰਬਾਰ ਦੇ ਵਿੱਚ ਤਾਂ ਇਹ ਇੱਕ ਇੱਕ ਫੈਕਟਰ ਨੂੰ ਪੂਰੇ ਡਿਟੇਲ ਚ ਤੁਸੀਂ ਪੜ੍ਹਨਾ ਹੈ ਠੀਕ ਹੈ ਜੀ ਇੱਥੋਂ ਕੁਐਸਚਨ ਬਹੁਤ ਬਣਦੇ ਆ ਹਰ ਵਾਰ ਤੁਸੀਂ ਇਹ ਕੁਐਸਚਨ ਜਿਹੜੇ ਉਹ ਦੇਖਦੇ ਹੋ SSC ਲੈਵਲ ਦੇ ਪੇਪਰਾਂ ਦੇ ਵਿੱਚ ਵੀ ਇਹ ਕੁਐਸਚਨ ਪੁੱਛੇ ਜਾਂਦੇ ਨੇ ਠੀਕ ਹੈ ਜੀ ਤਾਂ ਜਿਹੜਾ ਦੂਸਰਾ ਆਪਣਾ ਅੰਗਰੇਜ਼ ਆਇਆ ਸੀ ਸਰ ਥੋਮਸ ਰੋ ਇਹਨੂੰ ਮਤਲਬ ਜਹਾਂਗੀਰ ਵੱਲੋਂ ਪਰਮਿਸ਼ਨ ਦੇ ਦਿੱਤੀ ਗਈ ਸੀ ਕਿ ਤੁਸੀਂ ਫੈਕਟਰੀ ਸੈਟਅਪ ਨਹੀਂ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੇ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਨੇ ਉਹ ਇਹ ਪੁੱਛਿਆ ਜਾਂਦਾ ਕਿ ਜਿਹੜੇ ਅੰਗਰੇਜ਼ਾਂ ਨੇ ਜਦੋਂ ਆਪਣੀਆਂ ਫੈਕਟਰੀਆਂ ਸੈੱਟ ਕਰ ਲਈਆਂ ਇਸ ਤੋਂ ਬਾਅਦ ਇਹਨਾਂ ਨੇ ਆਪਣੇ ਪ੍ਰੈਜ਼ੀਡੈਂਸੀ ਟਾਊਨ ਸੈੱਟ ਕੀਤੇ ਠੀਕ ਹੈ ਜੀ ਜਿਵੇਂ ਇਹ ਆਪਣਾ ਇੰਡੀਆ ਦਾ ਇੱਕ ਰਫ ਮੈਪ ਹੈ ਤਾਂ ਇਹਨਾਂ ਨੇ ਇੰਡੀਆ ਦੇ ਤਿੰਨ ਪਾਸੇ ਪਾਸੇ ਤੋਂ ਆਪਣੇ ট্রেਡਿੰਗ ਸੈਂਟਰ ਮਤਲਬ ਸੈੱਟ ਕੀਤੇ ਇਹਨਾਂ ਦਾ ਬਹੁਤ ਦਿਮਾਗ ਮਤਲਬ ਉਸ ਟਾਈਮ ਤੇ ਇਹਨਾਂ ਦੀ ਪਲੈਨਿੰਗ ਤੇ ਪਲੋਟਿੰਗ ਇੰਨੀ ਜ਼ਿਆਦਾ ਸੀ ਕਿ ਇਹਨਾਂ ਨੇ ਜਿਹੜੇ ਮੇਜਰ ਸੈਂਟਰ ਸੀ ਇੰਡੀਆ ਦੇ ਉਹ ਆਪਣੇ ਪ੍ਰੈਜ਼ੀਡੈਂਸੀ Town ਇਹਨਾਂ ਨੇ ਸੈੱਟ ਕਰ ਲਏ ਜਿਵੇਂ ਕਿ ਇਧਰ ਆਪਣਾ ਬੰਬੇ ਹੈ ਠੀਕ ਹੈ ਜੀ ਇੱਥੇ ਆਪਣਾ ਕਲਕੱਤਾ ਆ ਗਿਆ ਬੰਗਾਲ ਵਾਲੀ ਸਾਈਡ ਠੀਕ ਹੈ ਇੱਥੇ ਆਪਣਾ ਆ ਗਿਆ ਮਦਰਾਸ ਤਾਂ ਇਹ ਤਿੰਨ ট্রেਡਿੰਗ ਸੈਂਟਰ ਸੀਗੇ ਅੰਗਰੇਜ਼ਾਂ ਦੇ ਜਿਹੜੇ ਮੇਜਰ ট্রেਡਿੰਗ ਸੈਂਟਰ ਸੀ ਠੀਕ ਹੈ ਜੀ ਟਰੇਡਿੰਗ ਸੈਂਟਰ ਸੀ ਮਤਲਬ ਇਹਨਾਂ ਨੂੰ ਪ੍ਰੈਜ਼ੀਡੈਂਸੀ ਟਾਊਨ ਇਹਨਾਂ ਨੇ ਘੋਸ਼ਿਤ ਕਰਤਾ ਪ੍ਰੈਜ਼ੀਡੈਂਸੀ ਟਾਊਨ ਬਣਾਏ ਸੀ ਆਪਣੇ ਜਿੱਥੋਂ ਸਾਰਾ ਰੂਲ ਐਂਡ ਰੈਗੂਲੇਸ਼ਨ ਇਹ ਕਰਦੇ ਸੀ ਠੀਕ ਹੈ ਜੀ ਤਾਂ ਇਹ ਤਿੰਨ ਸੈਂਟਰ ਕਿਹੜੇ ਸੀ ਬੰਬੇ ਮਦਰਾਸ ਤੇ ਕਲਕੱਤਾ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਤੇ ਇਹਨਾਂ ਦਾ ਇੱਕ ਇੱਕ ਗਵਰਨਰ ਵੀ ਇਹਨਾਂ ਨੇ ਸੈੱਟ ਕਰਤਾ ਸੀ ਬਾਅਦ ਦੇ ਵਿੱਚ ਠੀਕ ਹੈ ਜੀ ਜਿਹਨੂੰ ਕਿ ਬਹੁਤ ਸਾਰੀਆਂ ਪਾਵਰਜ਼ ਇਹਨਾਂ ਨੇ ਦੇ ਦਿੱਤੀਆਂ ਸੀ ਤਾਂ ਤਿੰਨ ਸੈਂਟਰ ਇਹਨਾਂ ਦੇ ਸਤੋਂ ਨੂੰ ਟਰੇਡਿੰਗ ਸੈਂਟਰ ਜਾਨੀ ਕਿ ਪ੍ਰੈਜ਼ੀਡੈਂਸੀ ਟਾਊਨ ਟਰੇਡਿੰਗ ਸੈਂਟਰ ਤਾਂ ਇਹਨਾਂ ਦੇ ਬਹੁਤ ਸਾਰੇ ਠੀਕ ਹੈ ਜੀ ਜਿੱਥੋਂ ਮਤਲਬ ਸਾਰਾ ਇਹਨਾਂ ਦਾ ਕੰਮ ਸੀ ਜਿਹੜਾ ਉਹ ਚੱਲਦਾ ਸੀ ਉਹ ਤਿੰਨ ਸੈਂਟਰ ਸੀ ਇਹਨਾਂ ਦੇ ਬੰਬੇ ਮ드ਰਾਸ ਤੇ ਕਲਕੱਤਾ ਇਹਨਾਂ ਦੇ ਨਾਮ ਯਾਦ ਰੱਖਣੇ ਆ ਹਰ ਵਾਰ ਇਹ ਤੁਹਾਨੂੰ ਪੁੱਛੇ ਜਾਂਦੇ ਆ ਠੀਕ ਹੈ ਜੀ ਤਾਂ SSC ਲੈਵਲ ਦੇ ਪੇਪਰਾਂ ਦੇ ਵਿੱਚ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ ਤਾਂ ਮਾਸਟਰ ਗ੍ਰੈਜੂਏਟ SSST ਦੇ ਵਿੱਚ ਤਾਂ ਤੁਹਾਨੂੰ ਇਹ ਕੁਐਸਚਨ ਆਉਣੇ ਬਣਦੇ ਹੀ ਨੇ ਠੀਕ ਹੈ ਜੀ ਬਾਕੀ ਤੁਹਾਨੂੰ ਇਹ ਵੀ ਪਤਾ ਹੈ ਕਿ ਈਸਟ ਇੰਡੀਆ ਕੰਪਨੀ ਵਾਲਾ ਜਿਹੜਾ ਆਪਣਾ ਪਾਰਟ ਹੈ ਇਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਹਰ ਵਾਰ ਇਥੋਂ ਕੁਐਸਚਨ ਪੁੱਛੇ ਜਾਂਦੇ ਨੇ ਠੀਕ ਹੈ ਜੀ ਮਾਡਰਨ ਹਿਸਟਰੀ ਦਾ ਪਾਰਟ ਹੈ ਮਾਡਰਨ ਹਿਸਟਰੀ ਜਿਹੜੀ ਆਪਣੀ ਈਸਟ ਇੰਡੀਆ ਕੰਪਨੀ ਤੋਂ ਮਤਲਬ ਪੁਰਤਗਾਲੀਆਂ ਤੋਂ ਹੀ ਸਟਾਰਟ ਹੁੰਦੀ ਹੈ ਪੁਰਤਗਾਲੀਆਂ ਦਾ ਸੈਸ਼ਨ ਵੀ ਆਪਾਂ ਪ੍ਰੀਵੀਅਸ ਕਲਾਸ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖਣਾ ਤਾਂ ਬੰਬੇ ਮਦਰਾਸ ਤੇ ਕਲਕੱਤਾ ਇਹ ਇਹਨਾਂ ਦੇ ਪ੍ਰੈਜ਼ੀਡੈਂਸੀ Town ਸੀ ਇਹ ਯਾਦ ਰੱਖਿਓ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਫੈਕਟ ਹੈ ਈਸਟ ਇੰਡੀਆ ਕੰਪਨੀ ਇਹ ਆਪਾਂ ਮੈਂ ਸ਼ਾਰਟ ਫਾਰਮ ਦੇ ਵਿੱਚ ਲਿਖਿਆ ਈਸਟ ਇੰਡੀਆ ਕੰਪਨੀ ਸੈਟ ਅਪ देयर ਟੈਂਪਰੇਰੀ ਫੈਕਟਰੀ ਹਾਂ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਠੀਕ ਹੈ ਜੀ ਇਹਨਾਂ ਨੇ ਆਪਣੀਆਂ ਦੋ ਫੈਕਟਰੀਆਂ ਸੈੱਟ ਕੀਤੀਆਂ ਸੀ ਤੇ ਦੋ ਟਾਈਪ ਦੇ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਨੇ ਇੱਕ ਤਾਂ ਇਹਨਾਂ ਦੀ ਟੈਂਪਰੇਰੀ ਫੈਕਟਰੀ ਹੈ ਤੇ ਇੱਕ ਇਹਨਾਂ ਦੀ ਪਰਮਾਨੈਂਟ ਫੈਕਟਰੀ ਤਾਂ ਜਿਹੜੀ ਇਹਨਾਂ ਨੇ ਆਪਣੀ ਟੈਂਪਰੀਰੀ ਫੈਕਟਰੀ ਮਤਲਬ ਜਦੋਂ ਇਹਨਾਂ ਨੇ ਆਪਣਾ ਟਰੇਡ ਸਟਾਰਟ ਹੀ ਕੀਤਾ ਸੀ ਤਾਂ ਜਿਹੜੀ ਟੈਂਪਰੀਰੀ ਫੈਕਟਰੀ ਸੀ ਉਹ ਕਿੱਥੇ ਸੈੱਟ ਕੀਤੀ ਸੀ ਮਸੂਲੀਪਟਨਮ ਦੇ ਵਿੱਚ ਕੀਤੀ ਸੀ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਯਾਦ ਰੱਖਿਓ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਇਹਨਾਂ ਨੇ ਆਪਣੀ ਟੈਂਪਰੇਰੀ ਫੈਕਟਰੀ ਕਿੱਥੇ ਸੈੱਟ ਕੀਤੀ ਤਾਂ ਜਿਹੜੀ ਟੈਂਪਰੇਰੀ ਫੈਕਟਰੀ ਜਿਹੜੀ ਸੈੱਟ ਕੀਤੀ ਗਈ ਉਹ ਮਸੂਲੀਪਟਨਮ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਜੇ ਤੁਹਾਨੂੰ ਪੁੱਛਿਆ ਜਾਊਗਾ ਇਹਨਾਂ ਨੇ ਆਪਣੀ ਪਰਮਾਨੈਂਟ ਫੈਕਟਰੀ ਕਿੱਥੇ ਸੈੱਟ ਕੀਤੀ ਤਾਂ ਉਹ ਕੀਤੀ ਇਹਨਾਂ ਨੇ ਸੂਰਤ ਗੁਜਰਾਤ ਦੇ ਵਿੱਚ ਠੀਕ ਹੈ ਜੀ ਤਾਂ ਇਹ ਦੋ ਟਾਈਪ ਦੇ ਕੁਐਸਚਨ ਤੁਹਾਨੂੰ ਹਰ ਵਾਰ ਪੁੱਛੇ ਜਾਂਦੇ ਨੇ ਕਿ ਟੈਂਪਰੇਰੀ ਤੇ ਪਰਮਾਨੈਂਟ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖਣੇ ਆ ਬਹੁਤ ਇੰਪੋਰਟੈਂਟ ਨੇ ਅਗਲਾ ਆਪਣਾ ਜਿਹੜਾ ਫੈਕਟ ਹੈ ਇਹਨੂੰ 1639 1639 ਦੇ ਵਿੱਚ ਫ੍ਰਾਂਸਿਸ ਡੇ ਫਾਊਂਡਰ ਦਾ ਸਿਟੀ ਆਫ ਮਦਰਾਸ ਠੀਕ ਹੈ ਜੀ ਇਹ ਜਿਹੜਾ ਫ੍ਰਾਂਸਿਸ ਡੇ ਹੈ ਇਹਨੇ ਆਪਣੀ ਇੱਕ ਇਹਨੇ ਇੱਕ ਸਿਟੀ ਫਾਊਂਡ ਕੀਤੀ ਜਿਹਦਾ ਨਾਮ ਸੀ ਮਦਰਾਸ ਠੀਕ ਹੈ ਜੀ ਉਹੀ ਬੰਬੇ ਮਦਰਾਸ ਤੇ ਕਲਕੱਤਾ ਵੇਅਰ ਫੋਰਟ ਸੇਂਟ ਜਾਰਜ ਬਾਜ਼ ਬਿਲਟ ਠੀਕ ਹੈ ਜੀ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਠੀਕ ਹੈ ਫੋਰਟ ਸੇਂਟ ਜਾਰਜ ਇਹ ਇਹਨਾਂ ਨੇ ਆਪਣੇ ਕਿਲੇ ਬਣਾਏ ਸੀ ਮਤਲਬ ਕਿ ਕਿਲੇਬੰਦੀ ਕਰ ਦਿੰਦੇ ਸੀ ਜਿਹੜੇ ਸ਼ਹਿਰ ਦੇ ਵਿੱਚ ਵੀ ਜਾਂਦੇ ਸੀ ਤਾਂ ਇੱਥੇ ਇਹਨਾਂ ਨੇ ਇੱਕ ਕਿਲਾ ਮਤਲਬ ਸੈੱਟ ਕੀਤਾ ਫੋਰਟ ਸੇਂਟ ਜਾਰਜ ਠੀਕ ਹੈ ਜੀ ਜਿਹਦਾ ਨਾਮ ਸੀਗਾ ਫੋਰਟ ਸੇਂਟ ਜਾਰਜ ਇੱਕ ਤੁਹਾਨੂੰ ਪੁੱਛਣਗੇ ਫੋਰਟ ਵਿਲੀਅਮ ਠੀਕ ਹੈ ਜੀ ਫੋਰਟ ਵਿਲੀਅਮ ਉਹ ਕੀਤਾ ਸੀ ਇਹਨਾਂ ਨੇ ਕੋਲਕੱਤਾ ਦੇ ਵਿੱਚ ਤੇ ਜੇ ਤੁਹਾਨੂੰ ਪੁੱਛਣਗੇ ਮਦਰਾਸ ਦੇ ਵਿੱਚ ਇਹਨਾਂ ਨੇ ਕਿਹੜਾ ਕਿਲਾ ਬਣਾਇਆ ਤਾਂ ਉਹਦਾ ਨਾਮ ਸੀ ਫੋਰਟ ਸੇਂਟ ਜਾਰਜ ਇਹਦਾ ਨਾਮ ਯਾਦ ਰੱਖਿਓ ਬਹੁਤ ਵਾਰ ਪੁੱਛਿਆ ਜਾਂਦਾ ਹੈ ਠੀਕ ਹੈ ਜੀ 1639 ਦੇ ਵਿੱਚ ਫਰਾਂਸਿਸ ਡੇ ਨੇ ਇਹ ਸਿਟੀ ਨੂੰ ਫਾਊਂਡ ਕੀਤਾ ਸੀ ਇਹ ਯਾਦ ਰੱਖਿਓ ਬਹੁਤ ਇੰਪੋਰਟੈਂਟ ਹੈ ਇਸ ਤੋਂ ਬਾਅਦ 1668 ਦੇ ਵਿੱਚ ਈਸਟ ਇੰਡੀਆ ਕੰਪਨੀ ਅਕਵਾਇਰਡ ਬੰਬੇ ਫਰੋਮ ਚਾਰਲਸ II ਠੀਕ ਹੈ ਜੀ ਏ ਵੀ ਇੰਗਲੈਂਡ ਦਾ ਇੱਕ ਅੰਗਰੇਜ਼ ਸੀ ਜਿਨ ਇਹ ਚਾਰਲਸ 2 ਨੇ ਜਿਹੜਾ ਬੰਬੇ ਕਵਰ ਕੀਤਾ ਸੀ ਉਹ ਕਿਤੋਂ ਕੀਤਾ ਸੀ ਉਹ ਪੁਰਤਗਾਲੀਆਂ ਤੋਂ ਕੀਤਾ ਸੀ ਤੇ ਅੱਗੇ ਈਸਟ ਇੰਡੀਆ ਕੰਪਨੀ ਨੇ ਚਾਰਲਸ 2 ਤੋਂ ਇਹ ਸ਼ਹਿਰ ਹੈ ਜਿਹੜਾ ਉਹ ਜਿੱਤ ਲਿਆ ਸੀ ਬੰਬੇ ਠੀਕ ਹੈ ਜੀ ਤਾਂ ਇਹ ਯਾਦ ਰੱਖਣਾ ਹੈ ਇਹ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਮਤਲਬ ਜਿੰਨਾ ਡੀਪਲੀ ਹੋ ਸਕੇ ਆਪਾਂ ਉਹ ਇਹਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਠੀਕ ਹੈ ਜੀ ਅੱਗੇ ਤੁਹਾਨੂੰ ਜੇ ਇਹ ਵੀ ਪੁੱਛਣਗੇ ਕਿ ਚਾਰਲਸ 2 ਸੀ ਜਿਹੜਾ ਜਿਨ੍ਹਾਂ ਤੋਂ ਈਸਟ ਇੰਡੀਆ ਕੰਪਨੀ ਨੇ ਬੰਬੇ ਕਵਰ ਕੀਤਾ ਸੀ ਤਾਂ ਚਾਰਲਸ 2 ਨੇ ਕਿੰਨਾ ਤੋਂ ਕੀਤਾ ਸੀ ਅੱਗੇ ਤਾਂ ਕੀਤਾ ਸੀ ਪੁਰਤਗਾਲੀਆਂ ਤੋਂ ਠੀਕ ਹੈ ਜੀ ਤਾਂ ਇਸ ਤਾਂ ਇਹ ਤੁਸੀਂ ਯਾਦ ਰੱਖਣਾ ਕਿ ਕਿਹੜੇ ਕਿਹੜੇ ਸ਼ਹਿਰ ਇਹਨਾਂ ਨੇ ਕਿੰਨਾ ਤੋਂ ਅਕਵਾਇਰ ਕੀਤੇ ਸੀ ਇਹ ਯਾਦ ਰੱਖਣਾ ਕਿਉਂਕਿ ਇਹ ਇਹਨਾਂ ਦੇ ਪ੍ਰੈਜ਼ੀਡੈਂਸੀ Town ਨੇ ਮਦਰਾਸ ਹੋ ਗਿਆ ਬੰਬੇ ਹੋ ਗਿਆ ਤੇ ਕਲਕੱਤਾ ਹੋ ਗਿਆ ਠੀਕ ਹੈ ਜੀ ਤੇ ਇਹ ਯਾਦ ਰੱਖਣਾ ਇਨ 1690 ਇੰਗਲਿਸ਼ ਫੈਕਟਰੀ ਵਾਸ ਐਸਟੈਬਲਿਸ਼ਡ ਅ ਵਿਲੇਜ ਸੂਤਾਨਾਤੀ ਬਾਈ ਜੋਬ ਚਾਰਨਕ ਲੇਟਰ ਇਟ ਡਿਵਲਪਡ ਇਨਟੂ ਦ ਸਿਟੀ ਆਫ ਕਲਕੱਤਾ ਵੇਅ ਫੋਰਟ ਵਿਲੀਅਮ ਵਾਸ ਬਿਲਟ ਠੀਕ ਹੈ ਜੀ ਤਾਂ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਈ ਵਾਰੀ ਤੁਹਾਨੂੰ ਕਲਕੱਤੇ ਦਾ ਪਹਿਲਾ ਨਾਮ ਵੀ ਪੁੱਛ ਸਕਦੇ ਆ ਕਿ ਕਲਕੱਤੇ ਨੂੰ ਪਹਿਲਾਂ ਇੱਕ ਪਿੰਡ ਹੁੰਦਾ ਸੀ ਜ ਠੀਕ ਹੈ ਜੀ ਇੱਥੇ ਇਹਨਾਂ ਨੇ 1690 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ ਆਪਣੀ ਫੈਕਟਰੀ ਸੈੱਟ ਕੀਤੀ ਸੀ ਠੀਕ ਹੈ ਜੀ ਤੇ ਅੰਗਰੇਜ਼ ਦਾ ਨਾਮ ਵੀ ਪੁੱਛ ਸਕਦੇ ਨੇ ਜੋਬ ਚਾਰਨੌਕ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਇਹਨੂੰ ਡਿਵੈਲਪ ਜਦੋਂ ਇਹ ਹੋ ਗਿਆ ਤਾਂ ਇਹਦਾ ਨਾਮ ਰੱਖਤਾ ਕਲਕੱਤਾ ਠੀਕ ਹੈ ਜੀ ਤਾਂ ਇੱਥੇ ਇਹਨਾਂ ਨੇ ਕੀ ਬਣਾਇਆ ਫੋਰਟ ਵਿਲੀਅਮ ਇਹ ਯਾਦ ਰੱਖਿਓ ਤੁਸੀਂ ਇੱਕ ਫੋਰਟ ਸੇਂਟ ਜਾਰਜ ਹੈ ਤੇ ਇੱਕ ਫੋਰਟ ਵਿਲੀਅਮ ਹੈ ਫੋਰਟ ਸੇਂਟ ਜਾਰਜਾ ਮਦਰਾਸ ਦੇ ਵਿੱਚ ਤੇ ਫੋਰਟ ਵਿਲੀਅਮ ਆਪਣਾ ਕਲਕੱਤਾ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਪੁੱਛੇ ਜਾਣਗੇ ਠੀਕ ਹੈ ਜੀ ਤਾਂ ਇਹ ਜਿੰਨਾ ਡਿਟੇਲ ਚ ਹੋ ਸਕਦਾ ਆਪਾਂ ਉਹਨਾਂ ਡਿਟੇਲ ਚ ਤੁਹਾਡੇ ਲਈ ਲੈ ਕੇ ਆਏ ਆ ਇਹਨੂੰ ਤੁਸੀਂ ਨੋਟ ਕਰ ਲਿਓ ਕਾਪੀ ਦੇ ਉੱਤੇ ਅਗਲਾ ਆਪਣਾ ਜਿਹੜਾ ਫੈਕਟ ਹੈ ਪ੍ਰੈਜ਼ੀਡੈਂਸੀ ਟਾਊਨਸ ਵਰ ਰੂਲਡ ਬਾਈ ਅ ਗਵਰਨਰ ਆਲਮੋਸਟ ਇਕੁਅਲ ਪਾਵਰ ਪ੍ਰੈਜ਼ੀਡੈਂਸੀ ਟਾਊਨ ਕਿਹੜੇ ਇਹਨਾਂ ਦੇ ਬੰਬੇ ਮਦਰਾਸ ਤੇ ਕੋਲਕਾਤਾ ਜਿੱਥੇ ਇਹਨਾਂ ਨੇ ਇੱਕ ਗਵਰਨਰ ਸੈੱਟ ਕੀਤਾ ਜਿਹੜਾ ਕਿ ਉਹ ਸਾਰਾ ਇਹਨਾਂ ਦਾ ਕੰਮ ਜਿਹੜਾ ਉਹ ਦੇਖਦਾ ਸੀ ਠੀਕ ਹੈ ਜੀ ਤੇ ਸਾਰਿਆਂ ਨੂੰ ਇਕੁਅਲ ਪਾਵਰ ਸੀ ਮਤਲਬ ਬਰਾਬਰ ਦੀ ਸ਼ਕਤੀ ਸਾਰਿਆਂ ਨੂੰ ਦਿੱਤੀ ਹੋਈ ਸੀ ਇਹ ਯਾਦ ਰੱਖਿਓ ਇਸ ਤੋਂ ਬਾਅਦ ਇਹਨਾਂ ਦੀ ਆਪਾਂ ਬੈਟਲਸ ਬਾਰੇ ਪਤਾ ਹੋਣਾ ਚਾਹੀਦਾ ਜਿਹੜੀਆਂ ਈਸਟ ਇੰਡੀਆ ਕੰਪਨੀ ਦੇ ਦੁਆਰਾ ਬੈਟਲਸ ਲੜੀਆਂ ਗਈਆਂ ਤੇ ਅੱਗੇ ਆਪਣਾ ਰਾਜ ਭਾਗ ਹੈ ਜਿਹੜਾ ਉਹ ਸਟੈਬਲਿਸ਼ ਕਰਨ ਦੇ ਲਈ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਲੜਾਈ ਲੜੀ ਉਹ ਪੁਰਤਗਾਲੀਆਂ ਕਿਉਂਕਿ ਸਭ ਤੋਂ ਪਹਿਲਾਂ ਆਪਣੇ ਪੁਰਤਗਾਲੀ ਪੁਰਤਗਾਲੀਆਂ ਦੇ ਨਾਲ ਜਿਹੜੀ ਇਹਨਾਂ ਦੀ ਲੜਾਈ ਹੋਈ ਉਹਦਾ ਨਾਮ ਸੀਗਾ ਸਵਾਲੀ ਬੈਟਲ ਆਫ ਸਵਾਲੀ ਠੀਕ ਹੈ ਜੀ ਜਿਹੜੀ ਬੈਟਲ ਇਹਨਾਂ ਨੇ ਪੁਰਤਗਾਲੀਆਂ ਦੇ ਨਾਲ ਲੜੀ ਉਹਦਾ ਨਾਮ ਸੀ ਬੈਟਲ ਆਫ ਸਵਾਲੀ ਠੀਕ ਹੈ ਜੀ ਜਿਹਦੇ ਵਿੱਚ ਇਹਨਾਂ ਨੇ ਪੁਰਤਗਾਲੀਆਂ ਨੂੰ ਡੀਫੀਟ ਕੀਤਾ ਕਿਉਂਕਿ ਇਹਨਾਂ ਦੀ ਜਿਹੜੀ ਆਰਮੀ ਪਾਵਰ ਸੀ ਬਹੁਤ ਸਟਰੋਂਗ ਸੀ ਠੀਕ ਹੈ ਜੀ ਤੇ ਇਹਨਾਂ ਕੋਲੇ ਆਧੁਨਿਕ ਜਿਹੜੇ ਵੈਪਨ ਸੀ ਉਹ ਬਹੁਤ ਜ਼ਿਆਦਾ ਸੀ ਤਾਂ ਕਰਕੇ ਇਹ ਕਿਸੇ ਵੀ ਪਾਵਰ ਨੂੰ ਜਿਹੜੇ ਹੋ ਈਜ਼ੀਲੀ ਡੀਫੀਟ ਕਰ ਦਿੰਦੇ ਸੀ ਤਾਂ ਪੁਰਤਗਾਲੀਆਂ ਨੂੰ ਇਹਨੇ ਡੀਫੀਟ ਕੀਤਾ ਜਿਹੜੀ ਉਹ ਬੈਟਲ ਸੀ ਉਹਦਾ ਨਾਮ ਸੀ ਬੈਟਲ ਆਫ ਸਵਾਲੀ ਇਹ ਪੁੱਛਿਆ ਜਾਊ ਇਸ ਤੋਂ ਬਾਅਦ ਜਿਹੜੀ ਬੈਟਲ ਹੈ ਉਹ ਹੈ ਬੈਟਲ ਆਫ ਬੰਦੀਵਾਸ਼ ਇਹਦੇ ਬਾਰੇ ਤੁਸੀਂ ਇਹ ਤੁਸੀਂ ਮਤਲਬ ਹਜ਼ਾਰਾਂ ਵਾਰ ਇਹ ਕੁਐਸਚਨ ਪੇਪਰਾਂ ਦੇ ਵਿੱਚ ਦੇਖਿਆ ਹੋਊਗਾ ਹਰ ਵਾਰ ਇਹ ਆਉਂਦਾ ਹੈ ਹਰ ਇੱਕ ਪੇਪਰ ਦੇ ਵਿੱਚ ਇਹ ਕੁਐਸਚਨ ਆਉਂਦਾ ਹੈ ਕਿ ਜਿਹੜੀ ਬੈਟਲ ਆਫ ਬੰਦੀਵਾਸ਼ ਆ ਉਹ ਕਿੰਨਾ ਕਿੰਨਾ ਦੇ ਵਿਚਕਾਰ ਹੋਈ ਤਾਂ ਉਹ ਹੋਈ ਇੰਗਲਿਸ਼ ਤੇ ਫ੍ਰੈਂਚ ਦੇ ਵਿਚਕਾਰ ਕਦੋਂ ਹੋਈ 1760 ਦੇ ਵਿੱਚ ਇਹਦੀ ਡੇਟ ਵੀ ਯਾਦ ਰੱਖਿਓ ਬਹੁਤ ਪੁੱਛੀ ਜਾਂਦੀ ਹੈ ਠੀਕ ਹੈ ਜੀ ਤਾਂ ਇਹਦੇ ਵਿੱਚ ਵੀ ਇਹਨਾਂ ਨੇ ਫ੍ਰੈਂਚ ਨੂੰ ਈਜ਼ੀਲੀ ਡੀਫੀਟ ਕਰਤਾ ਸੀ ਅੰਗਰੇਜ਼ਾਂ ਨੇ ਇਹ ਯਾਦ ਰੱਖਿਓ ਤੁਸੀਂ ਅਗਲਾ ਤੁਹਾਨੂੰ ਬੈਟਲ ਆਫ ਪਲਾਸੀ ਬਾਰੇ ਤਾਂ ਸਾਰੇ ਸਟੂਡੈਂਟਸ ਨੂੰ ਪਤਾ ਹੀ ਹੋਣਾ ਤੁਸੀਂ ਕਿੰਨੇ ਵਾਰੀ ਇਹਦੇ ਬਾਰੇ ਪੜ੍ਹ ਲਿਆ ਹੋਣਾ ਬਟ ਇਹ ਪੁੱਛਿਆ ਵੀ ਬਹੁਤ ਵਾਰ ਜਾਂਦਾ ਹੈ ਬੈਟਲ ਆਫ ਪਲਾਸੀ 1757 ਦੇ ਵਿੱਚ ਹੋਈ ਸੀ ਠੀਕ ਹੈ ਜੀ ਜਿਹੜਾ ਬੰਗਾਲ ਦਾ ਨਵਾਬ ਸੀ ਠੀਕ ਹੈ ਜੀ ਜਿਹਦਾ ਨਾਮ ਸੀ ਸਿਰਾਜੁਦਦਲਾ ਤੇ ਜਿਹੜਾ ਅੰਗਰੇਜ਼ਾਂ ਵੱਲੋਂ ਈਸਟ ਇੰਡੀਆ ਕੰਪਨੀ ਵੱਲੋਂ ਅੰਗਰੇਜ਼ ਸੀ ਉਹ ਸੀਗਾ ਰੌਬਰਟ ਕਲਾਈਵ ਇਹਨਾਂ ਦੇ ਵਿੱਚਕਾਰ ਹੋਈ ਸੀ ਜਿਹਦੇ ਵਿੱਚ ਰੌਬਰਟ ਕਲਾਈਵ ਦੀ ਜਿਹੜੀ ਆਰਮੀ ਸੀ ਬੇਸ਼ੱਕ ਉਹ ਬਹੁਤ ਛੋਟੀ ਸੀ ਬਟ ਸਿਰਾਜੁਦਦਲਾ ਦਾ ਜਿਹੜਾ ਕਮਾਂਡਰ ਸੀ ਮੀਰ জাফর ਉਨੇ ਮਤਲਬ ਸਰਾਜੂਦੋਲਾ ਨਾਲ ਧੋਖਾ ਕੀਤਾ ਜਿਹਦੇ ਕਾਰਨ ਰੌਬਰਟ ਕਲਾਈਵ ਨੇ ਸਰਾਜੂਦੋਲਾ ਨੂੰ ਹਰਾਤਾ ਸੀ ਤੇ ਇਹ ਮਤਲਬ ਇਹਨੂੰ इजीली ਡਿਫੀਟ ਕਰਤਾ ਸੀ ਠੀਕ ਹੈ ਜੀ ਤਾਂ ਇਹ ਰੌਬਰਟ ਕਲਾਈਵ ਤੇ ਸਰਾਜੂਦੋਲਾ ਦੇ ਵਿਚਕਾਰ ਹੋਈ ਇਹ ਲੜਾਈ ਬਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਪੜਾਂਗੇ ਅੱਗੇ ਸੈਸ਼ਨਸ ਦੇ ਵਿੱਚ ਠੀਕ ਹੈ ਜੀ ਤੇ ਜਿਹੜੀ ਲਾਸਟ ਇਹਨਾਂ ਦੀ ਬੈਟਲ ਸੀ ਜਿੰਨਾਂ ਤੋਂ ਬਾਅਦ ਇਹਨਾਂ ਨੇ ਆਪਣੇ ਪੂਰੀ ਤਰ੍ਹਾਂ ਪੱਕੇ ਜਿਹੜੇ ਪੈਰ ਹੈ ਉਹ ਪਸਾਰ ਲਈ ਸੀ ਅੰਗਰੇਜ਼ਾਂ ਨੇ ਉਹ ਸੀਗੀ ਬੈਟਲ ਆਫ ਬਕਸਰ ਠੀਕ ਹੈ ਜੀ ਇਹਦੇ ਬਾਰੇ ਵੀ ਤੁਹਾਨੂੰ ਬਹੁਤ ਪੁੱਛਿਆ ਜਾਂਦਾ 1764 ਦੇ ਵਿੱਚ ਇਹ ਹੋਈ ਸੀ ਟ੍ਰਿਪਲ ਅਲਾਈਅੰਸ ਵਰਸਸ ਹੈਕਟਰ ਮਨਰੋ ਜਿਹੜਾ ਹੈਕਟਰ ਮਨਰੋ ਹੈ ਇਹ ਅੰਗਰੇਜ਼ ਸੀ ਜਿਹੜਾ ਈਸਟ ਇੰਡੀਆ ਕੰਪਨੀ ਦੇ ਵੱਲੋਂ ਸੀ ਠੀਕ ਹੈ ਜੀ ਤੇ ਜਿਹੜਾ ਟ੍ਰਿਪਲ ਅਲਾਈਅንስ ਸੀ ਇਹਦੇ ਵਿੱਚ ਮੀਰ ਕਾਸਿਮ ਸੁਰਜਾਉਦਦਲਾ ਤੇ ਸ਼ਾਹ ਆਲਮ 2 ਇਹ ਮਤਲਬ ਤਿੰਨ ਜਾਨੀ ਸੀ ਇੱਕ ਇੱਕ ਪਾਸੇ ਤੇ ਇੱਕ ਪਾਸੇ ਸੀਗਾ ਹੈਕਟਰ ਮਨਰੋ ਤੇ ਹੈਕਟਰ ਮਨਰੋ ਨੇ ਇਹਨਾਂ ਨੂੰ ਈਜ਼ੀਲੀ ਡੀਫੀਟ ਕਰਤਾ ਸੀ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਲਾਸਟ ਤੇ ਪੜਦੇ ਹੁੰਨੇ ਆ 1765 ਦੇ ਵਿੱਚ ਜਿਹੜੀ ਹੋਈ ਸੀ ਟ੍ਰੀਟੀ ਆਫ ਅਲਾਹਾਬਾਦ ਅਲਾਹਾਬਾਦੀ ਸੰਧੀ ਹੋਈ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ ਦਿਵਾਨੀ ਰਾਈਟ ਸੀ ਉਹ ਅੰਗਰੇਜ਼ਾਂ ਨੇ ਲੈ ਲਈ ਸੀ ਇਹਦੇ ਬਾਰੇ ਆਪਾਂ ਪੂਰੇ ਡਿਟੇਲ ਚ ਪੜਾਂਗੇ ਇਹ ਹਾਲੇ ਮੈਂ ਤੁਹਾਨੂੰ ਇੱਕ ਮਤਲਬ ਇੱਕ ਫੈਕਟ ਕਰਵਾਏ ਆ ਠੀਕ ਹੈ ਜੀ ਤਾਂ ਇਹਨਾਂ ਬਾਰੇ ਅੱਗੇ ਆਪਾਂ ਇਹ ਜਿਹੜੀਆਂ ਜਿੰਨੀਆਂ ਵੀ ਬੈਟਲਸ ਨੇ ਇਹਨਾਂ ਬਾਰੇ ਪੂਰੇ ਡਿਟੇਲ ਦੇ ਵਿੱਚ ਆਪਾਂ ਕਵਰ ਕਰਨਾ ਤਾਂ ਇਹ ਆਪਣੀ ਈਸਟ ਇੰਡੀਆ ਕੰਪਨੀ ਦਾ ਸਾਰਾ ਆਪਾਂ ਜਿੰਨਾ ਵੀ ਤੁਹਾਡੇ ਲਈ ਇੰਪੋਰਟੈਂਟ ਫੈਕਟ ਸੀਗੇ ਉਹ ਸਾਰੇ ਆਪਾਂ ਕਵਰ ਕਰ ਲਏ ਨੇ ਇਹਨੂੰ ਤੁਸੀਂ ਨੋਟ ਕਰ ਲਿਓ ਕਾਪੀ ਪੈਨ ਲੈ ਕੇ ਤੇ ਅੱਗੇ ਆਪਣੇ ਜਿਹੜੇ ਸੈਸ਼ਨ ਆਉਣੇ ਆ ਮਾਸਟਰ கிਡਰ ਐਸਐਸਟੀ ਦੇ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਜਿੰਨੇ ਵੀ ਇੰਪੋਰਟੈਂਟ ਟਾਪਿਕ ਨੇ ਆਪਾਂ ਪੂਰੀ ਡਿਟੇਲ ਦੇ ਵਿੱਚ ਕਵਰ ਕਰਨੇ ਨੇ ਠੀਕ ਹੈ ਜੀ ਤਾਂ ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ ਜੇਕਰ ਵੀਡੀਓ ਚੰਗੇ ਲੱਗਦੇ ਨੇ ਲਾਈਕ ਕਰਦਿਆ ਕਰੋਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ